ਸੰਘਣੀ ਧੁੰਦ ਦੇ ਕਾਰਨ ਖੰਨਾ ਦੇ ਪਿੰਡ ਕੋਟੀ ਨੇੜੇ ਆਪਸ 'ਚ ਗੱਡੀਆਂ ਦੇ ਟਕਰਾਉਣ ਕਰਕੇ ਸੜਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਦੋ ਬੱਸਾਂ ਦੀ ਕਾਰ ਨਾਲ ਟੱਕਰ ਹੋਣ ਉਪਰੰਤ ਆਪਸ 'ਚ ਇੱਕ ਦਰਜਨ ਦੇ ਕਰੀਬ ਵਾਹਨਾਂ ਦੀ ਟੱਕਰ ਹੋ ਗਈ। ਗਨੀਮਤ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬੱਸ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਗੱਡੀਆਂ ਨੂੰ ਸਾਈਡ 'ਤੇ ਕਰਵਾਇਆ ਗਿਆ। ਜਾਨੀ ਮਾਨ ਦਾ ਨੁਕਸਾਨ ਕੋਈ ਨਹੀਂ ਹੈਗਾ ਜੀ, ਗੱਡੀਆਂ ਦਾ ਨੁਕਸਾਨ ਹੋ ਗਿਆ ਕਾਫੀ ਜੀ, ਦੋ ਬੱਸਾਂ ਦਾ ਐਕਸੀਡੈਂਟ ਹੋ ਗਿਆ, ਭੰਨੀਆਂ ਗਈਆਂ, ਇੱਕ ਪਿੱਛੇ ਟਰੱਕ ਖੜਾ ਗਿਆ ਜੀ, ਇੱਕ ਟੈਂਪੂ ਆ, ਦੋ ਕਾਰਾਂ ਸੀਗੀਆਂ ਜੀ। ਧੁੰਦ ਜ਼ਿਆਦਾ ਹੋਣ ਕਰਕੇ, ਮਤਲਬ ਸੰਘਣੀ ਧੁੰਦ ਪੈਣ ਕਰਕੇ ਜ਼ਿਆਦਾ ਐਕਸੀਡੈਂਟ ਹੋ ਜਾਂਦਾ।